ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪ ਇਨ ਪਾਕਿਸਤਾਨ ਪੰਜਾਬ ਪੇਜ, ਔਰ ਇਹ ਹੈ ਮੇਰਾ ਪਾਕਿਸਤਾਨ ਖੋਰੇ ਸੱਚ ਸੰਤਾਲੀ ਦੇ ਅ ਬਿਟਰ ਟਰੁੱਥ ਆਫ 1947। ਜੀ, ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ, ਬੜਾ ਪਵਿੱਤਰ ਸਥਾਨ ਸੀ, ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸਾਂਧਾਂਵਾਲੀਆ। ਸਾਂਧਾਂਵਾਲੀਆ ਇਸ ਜਗ੍ਹਾ ਦਾ ਨਾਮ ਹੈ, ਔਰ ਇੱਕ ਮਿਸਲ ਵੀ ਗੁਜ਼ਰੀ ਹੈ ਸਾਂਧਾਂਵਾਲੀਆ, ਅਜੀਤ ਸਿੰਘ ਸਾਂਧਾਂਵਾਲੀਆ, ਜਿਹਨੇ ਮਹਾਰਾਜਾ ਸ਼ੇਰ ਸਿੰਘ ਦੇ ਉੱਤੇ ਗੋਲੀ ਚਲਾਈ ਸੀ, ਮਹਾਰਾਜਾ ਸ਼ੇਰ ਸਿੰਘ 'ਤੇ ਗੋਲੀ ਚਲਾਈ ਸੀ, ਜਿਹੜਾ ਧਿਆਨ ਸਿੰਘ ਡੋਗਰੇ ਦੇ ਕਹਿਣ ਦੇ ਉੱਤੇ। ਇਹ ਉਹਨਾਂ ਦੀ ਫੈਮਿਲੀ ਨਾਲ ਜੁੜਿਆ ਹੋਇਆ ਗੁਰਦੁਆਰਾ ਹੈ, ਔਰ ਇਹ ਦੇਖੋ ਤੁਸੀਂ, ਇਹਦਾ ਸੁਖਾਸਨ ਹੈ, ਔਰ ਇਹ ਗੁਰਦੁਆਰਾ ਹੈ, ਤਿੰਨ ਮੰਜ਼ਿਲਾ ਗੁਰਦੁਆਰਾ, ਬੜਾ ਖੂਬਸੂਰਤ ਸੀ। ਇਹ ਦੇਖੋ ਤੁਸੀਂ, ਇਹ ਜਗ੍ਹਾ ਕਿਸੇ ਨੇ ਤੋੜੀ ਨਹੀਂ ਜਾਂ ਖਰਾਬ ਨਹੀਂ ਕੀਤੀ, ਇਹਦੀ ਪਹਿਲੀ ਮੰਜ਼ਿਲ ਜਿਹੜੀ ਸੀ ਇਹ ਮਿੱਟੀ ਦੇ ਅੰਦਰ ਦੱਬੀ ਹੋਈ ਸੀ। ਇਹ ਕਮ ਅਜ਼ ਕਮ ਜ਼ਮੀਨ ਦੇ ਅੰਦਰ ਦੋ ਮੰਜ਼ਿਲਾਂ ਜ਼ਮੀਨ ਦੇ ਅੰਦਰ ਹੈ, ਔਰ ਉਸ ਤੋਂ ਬਾਅਦ ਜਿਹੜੀਆਂ ਉੱਤੇ ਤਿੰਨ ਮੰਜ਼ਿਲਾਂ ਸਨ, ਟੋਟਲ ਪੰਜ ਮੰਜ਼ਿਲਾਂ ਤੁਸੀਂ ਗਿਣ ਸਕਦੇ ਹੋ ਇਹਨੂੰ। ਇਹ ਗਰਾਊਂਡ ਫਲੋਰ ਤੋਂ ਹੁਣ ਜਿਹੜਾ ਮੌਜੂਦਾ ਗਰਾਊਂਡ ਫਲੋਰ ਹੈ, ਮੈਂ ਉਹਦੇ 'ਤੇ ਕੋਸ਼ਿਸ਼ ਕਰਨਾ ਵਾਂ, ਤੁਹਾਨੂੰ ਮੈਂ ਲੈ ਕੇ ਚੱਲਣਾ ਵਾਂ, ਰਸਤਾ ਤਾਂ ਕਾਫੀ ਮੁਸ਼ਕਿਲ ਹੈ, ਲੇਕਿਨ ਫਿਰ ਵੀ ਕੋਸ਼ਿਸ਼ ਕਰਨ 'ਚ ਕੋਈ ਹਰਜ ਨਹੀਂ ਹੈ। ਇਹ ਦੇਖੋ, ਇਹ ਜਦੋਂ ਮਿੱਟੀ ਦਾ ਟਿੱਲਾ ਸੀ ਤਾਂ ਇਹ ਸੁਖਾਸਨ ਹੈ, ਸੁਖਾਸਨ ਨੂੰ ਜਾਣ ਵਾਸਤੇ ਇਹ ਰਸਤਾ ਸੀ, ਇੱਥੇ ਇਹ ਸਾਰਾ ਕਵਰ ਸੀ, ਅਤੇ ਹੁਣ ਦੇਖੋ ਤੁਸੀਂ ਇਹ ਸੁਖਾਸਨ ਜਿਹੜਾ ਹਲੇ ਵੀ ਬੜੀ ਅੱਛੀ ਹਾਲਤ ਦੇ 'ਚ ਹੈ, ਲੇਕਿਨ ਥੋੜ੍ਹਾ ਖਰਾਬ ਹੋ ਗਿਆ। ਇਹ ਐਂਟਰੈਂਸ ਹੈ ਗੁਰਦੁਆਰਾ ਸਾਹਿਬ ਦੀ, ਆਓ ਜ਼ਰਾ ਕੈਮਰੇ ਲੈ ਕੇ ਉੱਤੇ ਚੜ੍ਹਨਾ ਆਈ, ਇਹ ਤਾਂ ਔਖਾ ਹੀ ਹੈ ਕੰਮ। ਇਹ ਜੀ ਤੁਸੀਂ ਦੇਖੋ, ਇੱਥੇ ਹੁਣ ਵੀ ਕਦੇ ਕਦਾਰ ਲੋਕ ਚਿਰਾਗ ਬੱਤੀ ਕਰਦੇ ਨੇ ਸੂਰੀਆ, ਔਰ ਬੜੇ ਖੂਬਸੂਰਤ ਤਰੀਕੇ ਨਾਲ ਬਣੇ ਹੋਏ ਫੁੱਲ। ਇਹ ਸੁਖਾਸਨ ਹੈ, ਔਰ ਇਹ ਸੁਖਾਸਨ ਦੇ ਬਿਲਕੁਲ ਨਾਲ ਹੈ, ਇੱਥੋਂ ਸੀ ਜਗ੍ਹਾ ਜਿਹੜੀ ਸੀ ਜਾਣ ਵਾਸਤੇ। ਇਹ ਟੋਪ ਫਲੋਰ ਨੂੰ ਜਾਂਦਾ ਹੋਇਆ ਰਸਤਾ, ਹੁਣ ਇਹ ਰਕਬੇ ਮੁਖਲਿਫ ਲੋਕਾਂ ਨੂੰ ਅਲਾਟ ਹੋ ਚੁੱਕੇ ਨੇ। ਇੱਥੇ ਅੱਗੇ ਬਾਰਾਦਰੀ ਹੈ, ਗੱਲ ਹੋ ਰਹੀ ਸੀ ਅਜੀਤ ਸਿੰਘ ਸਾਂਧਾਂਵਾਲੀਆ ਦੀ। ਅਜੀਤ ਸਿੰਘ ਸਾਂਧਾਂਵਾਲੀਆ ਖੁਦ ਤਾਂ ਫਿਰ ਆਪ ਵੀ ਉਹ ਕੁੱਤੇ ਦੀ ਮੌਤ ਹੀ ਮਾਰਿਆ ਗਿਆ ਸੀ, ਲੇਕਿਨ ਜ਼ਿਆਦਤੀ ਹੁੰਦੀ ਹੈ ਭਾਵੇਂ ਉਹ ਕਿਸੇ ਨਾਲ ਕੀਤੀ ਜਾਵੇ। ਸੁਣਿਆ ਕਿ ਇਹੀ ਉਹ ਅਜੀਤ ਸਿੰਘ ਸਾਂਧਾਂਵਾਲੀਆ ਸੀ ਜਿਹਨੇ ਪਹਿਲੇ ਸ਼ੇਰ ਸਿੰਘ ਨੂੰ ਮਾਰਿਆ, ਫਿਰ ਉਸ ਤੋਂ ਬਾਅਦ ਇੱਕ ਸਾਲ ਬਾਅਦ ਉਹਦੀ ਬੀਵੀ ਨੂੰ ਮਾਰਿਆ, ਔਰ ਉਸ ਤੋਂ ਬਾਅਦ ਉਹਦੇ ਬੇਟੇ ਨੂੰ ਵੀ ਉਹਨੇ ਮਾਰਿਆ। ਇਹ ਰਕਬੇ ਤਕਰੀਬਨ 12 ਮੁਰੱਬੇ ਦੇ ਕਰੀਬ ਜਿਹੜੀ ਜ਼ਮੀਨ ਸੀ ਜਗੀਰ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਜੀਤ ਸਿੰਘ ਸਾਂਧਾਂਵਾਲੀਆ ਨੂੰ ਅਲਾਟ ਕੀਤੀ ਗਈ ਸੀ। ਕੁਝ ਸਮਝ ਤੋਂ ਬਾਹਰ ਹੈ ਕਿ ਇਹ ਕਿਉਂ ਕੀਤਾ ਉਹਨੇ, ਗਨ ਜਿਹੜੀ ਹੈ ਉਹ ਸਿੱਧੀ ਠੀਕ ਕਰਨ ਦੇ ਬਹਾਨੇ ਨੇ ਗੋਲੀ ਚਲਾਈ, ਔਰ ਗੋਲੀ ਜਿਹੜੀ ਸੀ ਸਿੱਧੀ ਇੱਕ ਹੀ ਵਾਰ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਜਿਹੜਾ ਕੋਟ ਖਵਾਜਾ ਸਹਿਤ ਨੌਰਥ ਲਾਹੌਰ ਦੇ ਅੰਦਰ ਜਿੱਥੇ ਉਹਨਾਂ ਦੀ ਬਾਰਾਦਰੀ ਔਰ ਸਮਾਧ ਇਸ ਵੇਲੇ ਉਸ ਜਗ੍ਹਾ 'ਤੇ ਉਹਨਾਂ ਦੀ ਡੈਥ ਹੋ ਗਈ। ਹਮੇਸ਼ਾ ਦੀ ਤਰ੍ਹਾਂ ਜਿੰਨੀ ਵੀ ਜਗ੍ਹਾ ਹੁੰਦੀ ਹੈ ਜਿੱਥੇ ਵੀ ਕੋਈ ਵੀ ਗੁਰਦੁਆਰਾ ਜਾਂ ਕੋਈ ਸਿੱਖ ਅਸਥਾਨ ਹੁੰਦਾ ਉਹਦੇ ਲਾਗੇ ਬੈਨੀਅਨ ਬੋਰਡ ਦੇ ਦਰਖਤ ਜਿਹੜੇ ਲਾਏ ਜਾਂਦੇ ਨੇ। ਇਹ ਬੈਕ ਸਾਈਡ ਦੇ ਉੱਤੇ ਬਹੁਤ ਵੱਡਾ ਸਰੋਵਰ ਸੀ, ਔਰ ਇਸ ਜਗ੍ਹਾ ਦੇ ਉੱਤੇ ਵਿਸਾਖੀ ਦਾ ਮੇਲਾ ਜੁੜਦਾ ਸੀ,
ਮੈਂ ਹੁਣੇ ਹੀ ਇੱਥੇ ਇੱਕ ਬਜ਼ੁਰਗ ਨੇ ਜਿਹੜੇ ਇੱਥੋਂ ਰਿਟਾਇਰਡ ਸੂਬੇਦਾਰ ਨੇ ਆਰਮੀ ਦੇ ਵਿੱਚੋਂ, ਤਕਰੀਬਨ ਇਸ ਵੇਲੇ 83-84 ਉਹਨਾਂ ਦੀ ਏਜ ਹੈ। ਮੈਂ ਉਹਨਾਂ ਨਾਲ ਇੰਟਰਵਿਊ ਕਰਾਂਗਾ ਔਰ ਉਸ ਤੋਂ ਬਾਅਦ ਉਹ ਦੱਸਣਗੇ ਇਸ ਚੀਜ਼ ਜਗ੍ਹਾ ਦੇ ਮੁਤਲਕ ਕਿ ਵੀ ਇੱਥੇ ਕੀ ਹੁੰਦਾ ਰਿਹਾ ਔਰ ਕਿਸ ਤਰੀਕੇ ਨਾਲ ਹੁੰਦਾ ਰਿਹਾ, ਔਰ ਮੈਨੂੰ ਬਹੁਤ ਅੱਛਾ ਲੱਗੇਗਾ। ਅੱਜ ਕੱਲ੍ਹ ਇਹ ਜਗ੍ਹਾ ਜਿਹੜੀ ਹੈ ਸਰੋਵਰ ਵਾਲੀ ਜਗ੍ਹਾ, ਤਕਰੀਬਨ ਸਰੋਵਰ ਅਤੇ ਹੁਣ ਤਲਾਬ ਦੀ ਸ਼ਕਲ ਅਖਤਿਆਰ ਕਰ ਗਿਆ। ਬਾਕੀ ਇੱਥੇ ਮੁਕੰਮਲ ਪਰਦੇ ਦਾ ਇੰਤਜ਼ਾਮ ਸੀ ਔਰ ਪਰਦੇ ਦੇ ਵਿੱਚ ਜਿਹੜਾ ਸਰੋਵਰ ਸੀ ਉਹਦੇ ਵਿੱਚ ਜਿਹੜਾ ਨਾ ਬਾਥ ਲਿੱਤਾ ਜਾਂਦਾ ਸੀ। ਪਰਦੇ ਦਾ ਜ਼ਿਕਰ ਮੈਂ ਪਿੱਛੇ ਗੁਰਦੁਆਰਾ ਸ੍ਰੀ ਕਾਨਾ ਮੱਟਾ 'ਚ ਵੀ ਕਰਕੇ ਆਇਆ ਵਾਂ, ਜਿਹੜਾ ਸ਼ਾਇਦ ਕੌਨਸੈਪਟ ਜਿਹੜਾ ਈਸਟ ਪੰਜਾਬ ਦੇ 'ਚ ਨਾ ਹੋਵੇ, ਲੇਕਿਨ ਵੈਸਟ ਪੰਜਾਬ ਦੇ ਅੰਦਰ ਇਹ ਚੀਜ਼ਾਂ ਬੜੀਆਂ ਕਾਉਂਟ ਕੀਤੀਆਂ ਜਾਂਦੀਆਂ ਸਨ। ਇਹ ਤੁਸੀਂ ਦੇਖੋ ਅੱਗੇ ਸੁੱਖ ਆਸਨ ਹੈ, ਸੁੱਖ ਆਸਨ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸਾਂਧਾਂਵਾਲੀਆ ਈਸਟ ਲਾਹੌਰ, ਤਕਰੀਬਨ 32 ਕਿਲੋਮੀਟਰ ਦੇ ਫਾਸਲੇ 'ਤੇ ਪੈ ਜਾਂਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ ਔਰ ਖੋਰੇ ਸੱਚ ਸੰਤਾਲੀ ਦੇ। ਫਿਰ ਹਾਜ਼ਰ ਹੋਵਾਂਗਾ ਕੋਈ ਹੋਰ ਬਿਟਰ ਟਰੁੱਥ ਲੈ ਕੇ, ਕੋਈ ਹੋਰ ਖੁਰਾ ਨੱਪ ਕੇ ਐਸੀ ਜਗ੍ਹਾ 'ਤੇ ਪਹੁੰਚਾਂਗਾ ਜਿਹਦੀ ਹਿਸਟਰੀ ਜਿਹੜੀ ਹੈ ਉਹ ਖਤਮ ਹੋ ਰਹੀ ਹੋਵੇ। ਇੱਕ ਹੋਰ ਚੀਜ਼ ਮੈਂ ਇਹਦੇ ਮੁਤਲਕ ਦੱਸਦਾ ਚਾਹਾਂ ਕਿ ਜਗ੍ਹਾ ਜਿਨ੍ਹਾਂ ਦੀ ਇਸ ਵੇਲੇ ਮਲਕੀਅਤ ਹੈ, ਉਹਨਾਂ ਨੇ ਦੱਸਿਆ ਸੀ ਕਿ ਕੁਛ ਅਰਸਾ ਪਹਿਲੇ ਇੱਥੇ ਸੰਗਤਾਂ ਆਈਆਂ ਸਨ ਔਰ ਇਹਦੇ ਉੱਤੇ ਤਕਰੀਬਨ 14 ਕਿਲੋ ਦਾ ਕਲਸ ਲੱਗਾ ਹੋਇਆ ਸੀ ਜਿਹੜਾ ਕਿ ਗੋਲਡ ਪਲੇਟਡ ਸੀ, ਔਰ ਕੁਝ ਉਹ ਇਹ ਕਹਿ ਰਹੇ ਸਨ ਕਿ ਸਾਡੇ ਬਜ਼ੁਰਗਾਂ ਦੇ ਨਾਲ ਜੁੜੀ ਹੋਈ ਜਗ੍ਹਾ ਹੈ, ਲਿਹਾਜ਼ਾ ਅਸੀਂ ਇਸ ਨੂੰ ਆਪਣੇ ਗੁਰਦੁਆਰਾ ਸਾਹਿਬ 'ਤੇ ਲਾਉਣਾ ਚਾਹੁੰਦੇ ਹਾਂ ਔਰ ਉਹ ਫਿਰ ਇਹਨੂੰ ਉਤਾਰ ਕੇ ਜਿਹੜਾ ਉਹ ਲੈ ਗਏ ਨੇ ਈਸਟ ਪੰਜਾਬ ਦੇ ਵਿੱਚ, ਕਿਉਂਕਿ ਤੁਸੀਂ ਦੇਖੇ ਹੋਣਗੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਦੇ ਉੱਤੇ ਕਲਸ ਬਾਕੀ ਨੇ। ਕਲਸ ਅੱਜ ਤੱਕ ਕਿਸੇ ਨੇ ਲਾਇਆ, ਟੌਪ ਕਰੋਨ ਜਿਹੜੇ ਨੇ ਗੋਲਡ ਪਲੇਟਡ ਜਿਹੜੇ ਕਰੋਨਸ ਨੇ ਉਹ ਅੱਜ ਤੱਕ ਉੱਥੇ ਹੀ ਮੌਜੂਦ ਨੇ। ਅਤੇ ਇਹ ਉਹ ਸਥਾਨ ਸੀ ਜਿਹੜਾ ਮੈਂ ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸਾਂ ਕਿ ਮੈਂ ਇੱਥੇ ਆਵਾਂ ਔਰ ਇੱਥੇ ਬੈਠ ਕੇ ਮੈਂ ਕੋਈ ਗੱਲਬਾਤ ਕਰਾਂ। ਮੇਰੇ ਅੱਜ ਦੇ ਸਫ਼ਰ ਦੇ ਵਿੱਚ ਮੇਰੇ ਨਾਲ ਨੇ ਕਾਸ਼ਿਫ ਗੁਰਕੀ ਔਰ ਮੇਰੇ ਨਾਲ ਨੇ ਨਾਲ ਵੀਰ ਸ਼ੇਬ ਸਾਹਿਬ ਔਰ ਬਹੁਤ ਜ਼ਬਰਦਸਤ, ਮੈਂ ਕਹਾਂਗਾ ਕਿ ਮੈਂ ਐਸਾ ਅਸਥਾਨ ਜਿਹੜਾ ਹੈ ਬਹੁਤ ਘੱਟ ਦੇਖਿਆ। 4 ਦਰੇ ਬੰਦ ਨੇ, 4 ਖੁੱਲ੍ਹੇ ਨੇ ਔਰ ਵੈਂਟੀਲੇਸ਼ਨ ਹਵਾ ਦੀ ਬੜੀ ਅੱਛੀ ਹੈ, ਬੜਾ ਅੱਛੇ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਸੀ ਹੈ। ਲੇਕਿਨ ਵਕਤ ਦੇ ਨਾਲ ਨਾਲ ਹਰ ਚੀਜ਼ ਅਲੋਪ ਹੁੰਦੀ ਜਾ ਰਹੀ ਹੈ, ਕਿਉਂਕਿ ਸੇਵਾਕਾਰ ਨਾ ਹੋਵੇ ਜਾਂ ਕੋਈ ਕਿਸੇ ਜਗ੍ਹਾ ਦੀ ਸੇਵਾ ਨਾ ਕੀਤੀ ਜਾਵੇ ਤਾਂ ਫਿਰ ਉਹ ਆਸਤਾ ਆਸਤਾ ਜਿਹੜਾ ਉਸ ਚੀਜ਼ ਨੂੰ ਅਲੋਪ ਹੋਣ ਦਾ ਖਤਰਾ ਹੁੰਦਾ ਹੈ। ਹਾਲੇ ਵੀ 3 ਫੁੱਟ ਮੋਟੀਆਂ ਦੀਵਾਰਾਂ ਅਜਿਹੀਆਂ ਮੌਜੂਦ ਨੇ, ਅਗਰ ਇਹਨੂੰ ਇਸ ਸਥਾਨ ਦੀ ਥੋੜ੍ਹੀ ਜਿਹੀ ਹਿਫਾਜ਼ਤ ਕੀਤੀ ਜਾਏ ਤਾਂ ਮੇਰਾ ਖਿਆਲ ਹੈ ਕਿ ਲਾਹੌਰ ਦੇ ਤਾਰੀਖੀ ਸਥਾਨਾਂ ਦੇ 'ਚ ਇਹਦਾ ਨਾਮ ਹੈ, ਕਿਉਂਕਿ ਛੇਵੀਂ ਪਾਤਸ਼ਾਹੀ ਨਾਲ ਜੁੜਨ ਦਾ ਮਕਸਦ ਹੈ ਵੇ ਕਿ ਛੇਵੀਂ ਪਾਤਸ਼ਾਹੀ ਦੇ ਗੁਰੂ ਜਿਹੜੇ ਨੇ ਉਹ ਇੱਥੇ ਆ ਕੇ ਉਹਨਾਂ ਨੇ 2 ਵਾਰ ਲਾਹੌਰ ਦੇ ਸਫ਼ਰ ਦੇ ਵਿੱਚ ਜਿਹੜਾ ਸ਼ਾਰਟਕੱਟ ਸੀ ਇੱਥੇ ਆ ਕੇ ਉਹਨਾਂ ਨੇ ਰੈਸਟ ਕੀਤੀ ਸੀ, ਇਹਨਾਂ ਇੱਥੇ ਆ ਕੇ ਉਹਨਾਂ ਨੇ ਆਰਾਮ ਕੀਤਾ ਸੀ ਔਰ ਉਹਨਾਂ ਦੇ ਯਾਦਾਂ ਦੇ ਨਾਲ ਔਰ ਉਹਨਾਂ ਦੇ ਨਾਮ ਦੇ ਨਾਲ ਜੁੜਿਆ ਹੋਇਆ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸਾਂਧਾਂਵਾਲੀਆ ਈਸਟ ਲਾਹੌਰ। ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਅਤੇ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਔਰ ਇਹ ਹੈ ਮੇਰਾ ਪਾਕਿਸਤਾਨ। ਆਓ ਮੈਂ ਤੁਹਾਨੂੰ ਫਿਰ ਦੁਬਾਰਾ ਇੱਕ ਵਾਰੀ ਸੈਕਿੰਡ ਫਲੋਰ 'ਤੇ ਲੈ ਜਾਂਦਾ ਵਾਂ। ਸੂਰੀਆ ਬਹੁਤ ਜ਼ਿਆਦਾ ਸਾਰੇ ਜਗ੍ਹਾ ਦੇ ਉੱਤੇ ਮੈਂ ਦੇਖਿਆ ਬਣੇ ਹੋਏ ਹਾਂ ਸਿੱਖ ਸਥਾਨਾਂ ਦੇ ਉੱਤੇ। ਹੈ ਕਾਫੀ ਮੁਸ਼ਕਿਲ ਹੈ ਇੱਥੇ ਆਉਣਾ ਜਾਣਾ, ਲੇਕਿਨ ਫਿਰ ਵੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਜਗ੍ਹਾ ਨੂੰ ਕਵਰ ਕੀਤਾ ਜਾਏ ਔਰ ਸੇਫ ਕੀਤਾ ਜਾਏ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ, ਖੋਰੇ ਸੱਚ ਸੰਤਾਲੀ ਦੇ ਔਰ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ।